ਤਾਂ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ। ਕੁਦਰਤੀ ਤਬਾਹੀ ਦੀ ਇਹ ਖੌਫਨਾਕ ਤਸਵੀਰ ਹੈ। ਕੇਦਾਰਨਾਥ ਨੂੰ ਜਾਣ ਵਾਲੀ ਜੋ ਸੁਰੰਗ ਸੀ ਉਹ ਹਾਦਸਾ ਗ੍ਰਸਤ ਹੋ ਗਈ ਹੈ। ਪਹਾੜਾਂ ਦਾ ਮਲਬਾ ਨੀਚੇ ਗਿਰ ਰਿਹਾ ਹੈ। ਲੈਂਡ ਸਲਾਈਡਿੰਗ ਜਿਹੜੀ ਹੈ ਵੱਡੇ ਪੱਧਰ 'ਤੇ ਪਹਾੜਾਂ ਦੇ ਵਿੱਚ ਹੋ ਰਹੀ ਹੈ। ਤਾਂ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਿਲਹਾਲ ਦੀ ਘੜੀ ਪਹਾੜਾਂ 'ਤੇ ਘੁੰਮਣ ਨਾ ਜਾਓ। ਤਾਂ ਦੱਸ ਦਈਏ ਕਿ ਰੁਦਰਪ੍ਰਯਾਗ 'ਚ ਰਾਤ ਨੂੰ ਤਬਾਹੀ ਦੀ ਤਸਵੀਰ ਸਾਹਮਣੇ ਆਈ ਹੈ। ਭਾਰੀ ਮੀਂਹ ਦੇ ਕਾਰਨ ਕੇਦਾਰਨਾਥ ਹਾਈਵੇ 'ਤੇ ਬਣੀ ਸੁਰੰਗ ਦਾ ਉੱਪਰਲਾ ਹਿੱਸਾ ਢਹਿ ਗਿਆ ਅਤੇ ਸੁਰੰਗ ਦੇ ਵਿਚਕਾਰ ਇੱਕ ਵੱਡਾ ਖੱਡਾ ਬਣ ਗਿਆ, ਜਿਸ ਦੇ ਕਾਰਨ ਇਸ ਰਸਤੇ ਤੋਂ ਕੇਦਾਰਨਾਥ ਧਾਮ ਨੂੰ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਯਾਤਰੀ ਬਾਈਪਾਸ ਮੋਟਰਵੇ ਰਾਹੀਂ ਸਫ਼ਰ ਕਰ ਰਹੇ ਹਨ। ਹਾਲਾਂਕਿ ਸੁਰੰਗ ਨੂੰ ਖੋਲ੍ਹਣ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸੁਰੰਗ 50 ਮੀਟਰ ਲੰਬੀ ਹੈ ਅਤੇ ਦੂਜੇ ਪਾਸੇ ਰਾਤ ਨੂੰ ਪਏ ਮੀਂਹ ਨੇ ਵੀ ਸ਼ਹਿਰ ਦੇ ਵਿੱਚ ਕਈ ਥਾਵਾਂ 'ਤੇ ਪਾਣੀ ਭਰ ਦਿੱਤਾ ਹੈ। ਬਦਰੀਨਾਥ ਖੇਤਰ 'ਚ ਮੀਂਹ ਦੇ ਕਾਰਨ ਅਲਕਨੰਦਾ ਨਦੀ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਕਾਫੀ ਵੱਧ ਗਿਆ। ਨਦੀ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਗਈ ਹੈ। ਘਾਟ ਦੇ ਪਾਣੀ ਵਿੱਚ ਡੁੱਬ ਗਏ ਹਨ। ਬਿਲਾਨੀ ਪੁਲ ਦੇ ਹੇਠਾਂ ਸ਼ਿਵ ਦੀ ਮੂਰਤੀ ਡੁੱਬ ਗਈ ਹੈ। ਰਿਹਾਇਸ਼ੀ ਮਕਾਨ ਵੀ ਖਤਰੇ ਦੇ ਵਿੱਚ ਹਨ। ਕੂੜਾ ਕਰਕਟ ਅਤੇ ਵੱਡੇ ਵੱਡੇ ਦਰਖਤ ਦਰਿਆ ਦੇ ਵਿੱਚ ਰੁੜਦੇ ਨਜ਼ਰ ਆ ਰਹੇ ਨੇ ਅਤੇ ਕੌਂਸਲਰ ਸੁਰਿੰਦਰ ਰਾਵਤ ਨੇ ਦੱਸਿਆ ਕਿ ਕੇਦਾਰਨਾਥ ਧਾਮ ਨੂੰ ਕੇਦਾਰ ਘਾਟੀ ਦੇ ਨਾਲ ਜੋੜਨ ਵਾਲੀ ਸੰਗਮ ਦੀ ਸੁਰੰਗ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੈ। ਇੱਥੇ ਪਹਾੜਾਂ ਤੋਂ ਮਲਬਾ ਅਤੇ ਪੱਥਰ ਡਿੱਗਣ ਦੇ ਕਾਰਨ ਜਿਹੜਾ ਸੁਰੰਗ ਦੇ ਵਿੱਚ ਇੱਕ ਵੱਡਾ ਖੱਡਾ ਬਣ ਗਿਆ ਸੀ। ਇਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਉਹਨਾਂ ਕਿਹਾ ਕਿ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਗਿਆ, ਇਸ ਲਈ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਜਾ ਰਿਹਾ ਅਤੇ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਿਲਹਾਲ ਦੀ ਘੜੀ ਜਿਹੜਾ ਪਹਾੜਾਂ 'ਤੇ ਘੁੰਮਣ ਨਾ ਜਾਓ। ਤਾਂ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ। ਕੁਦਰਤੀ ਤਬਾਹੀ ਦੀ ਇਹ ਖੌਫਨਾਕ ਤਸਵੀਰ ਹੈ। ਕੇਦਾਰਨਾਥ ਨੂੰ ਜਾਣ ਵਾਲੀ ਜੋ ਸੁਰੰਗ ਸੀ ਉਹ ਹਾਦਸਾ ਗ੍ਰਸਤ ਹੋ ਗਈ ਹੈ। ਪਹਾੜਾਂ ਦਾ ਮਲਬਾ ਨੀਚੇ ਗਿਰ ਰਿਹਾ ਹੈ। ਲੈਂਡ ਸਲਾਈਡਿੰਗ ਜਿਹੜੀ ਹੈ ਵੱਡੇ ਪੱਧਰ 'ਤੇ ਪਹਾੜਾਂ ਦੇ ਵਿੱਚ ਹੋ ਰਹੀ ਹੈ। ਤਾਂ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਿਲਹਾਲ ਦੀ ਘੜੀ ਪਹਾੜਾਂ 'ਤੇ ਘੁੰਮਣ ਨਾ ਜਾਓ। ਤਾਂ ਦੱਸ ਦਈਏ ਕਿ ਰੁਦਰਪ੍ਰਯਾਗ 'ਚ ਰਾਤ ਨੂੰ ਤਬਾਹੀ ਦੀ ਤਸਵੀਰ ਸਾਹਮਣੇ ਆਈ ਹੈ। ਭਾਰੀ ਮੀਂਹ ਦੇ ਕਾਰਨ ਕੇਦਾਰਨਾਥ ਹਾਈਵੇ 'ਤੇ ਬਣੀ ਸੁਰੰਗ ਦਾ ਉੱਪਰਲਾ ਹਿੱਸਾ ਢਹਿ ਗਿਆ ਅਤੇ ਸੁਰੰਗ ਦੇ ਵਿਚਕਾਰ ਇੱਕ ਵੱਡਾ ਖੱਡਾ ਬਣ ਗਿਆ, ਜਿਸ ਦੇ ਕਾਰਨ ਇਸ ਰਸਤੇ ਤੋਂ ਕੇਦਾਰਨਾਥ ਧਾਮ ਨੂੰ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਯਾਤਰੀ ਬਾਈਪਾਸ ਮੋਟਰਵੇ ਰਾਹੀਂ ਸਫ਼ਰ ਕਰ ਰਹੇ ਹਨ। ਹਾਲਾਂਕਿ ਸੁਰੰਗ ਨੂੰ ਖੋਲ੍ਹਣ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸੁਰੰਗ 50 ਮੀਟਰ ਲੰਬੀ ਹੈ ਅਤੇ ਦੂਜੇ ਪਾਸੇ ਰਾਤ ਨੂੰ ਪਏ ਮੀਂਹ ਨੇ ਵੀ ਸ਼ਹਿਰ ਦੇ ਵਿੱਚ ਕਈ ਥਾਵਾਂ 'ਤੇ ਪਾਣੀ ਭਰ ਦਿੱਤਾ ਹੈ। ਬਦਰੀਨਾਥ ਖੇਤਰ 'ਚ ਮੀਂਹ ਦੇ ਕਾਰਨ ਅਲਕਨੰਦਾ ਨਦੀ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਕਾਫੀ ਵੱਧ ਗਿਆ। ਨਦੀ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਗਈ ਹੈ। ਘਾਟ ਦੇ ਪਾਣੀ ਵਿੱਚ ਡੁੱਬ ਗਏ ਹਨ। ਬਿਲਾਨੀ ਪੁਲ ਦੇ ਹੇਠਾਂ ਸ਼ਿਵ ਦੀ ਮੂਰਤੀ ਡੁੱਬ ਗਈ ਹੈ। ਰਿਹਾਇਸ਼ੀ ਮਕਾਨ ਵੀ ਖਤਰੇ ਦੇ ਵਿੱਚ ਹਨ। ਕੂੜਾ ਕਰਕਟ ਅਤੇ ਵੱਡੇ ਵੱਡੇ ਦਰਖਤ ਦਰਿਆ ਦੇ ਵਿੱਚ ਰੁੜਦੇ ਨਜ਼ਰ ਆ ਰਹੇ ਨੇ ਅਤੇ ਕੌਂਸਲਰ ਸੁਰਿੰਦਰ ਰਾਵਤ ਨੇ ਦੱਸਿਆ ਕਿ ਕੇਦਾਰਨਾਥ ਧਾਮ ਨੂੰ ਕੇਦਾਰ ਘਾਟੀ ਦੇ ਨਾਲ ਜੋੜਨ ਵਾਲੀ ਸੰਗਮ ਦੀ ਸੁਰੰਗ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੈ। ਇੱਥੇ ਪਹਾੜਾਂ ਤੋਂ ਮਲਬਾ ਅਤੇ ਪੱਥਰ ਡਿੱਗਣ ਦੇ ਕਾਰਨ ਜਿਹੜਾ ਸੁਰੰਗ ਦੇ ਵਿੱਚ ਇੱਕ ਵੱਡਾ ਖੱਡਾ ਬਣ ਗਿਆ ਸੀ। ਇਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਉਹਨਾਂ ਕਿਹਾ ਕਿ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਗਿਆ, ਇਸ ਲਈ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਜਾ ਰਿਹਾ ਅਤੇ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਿਲਹਾਲ ਦੀ ਘੜੀ ਜਿਹੜਾ ਪਹਾੜਾਂ 'ਤੇ ਘੁੰਮਣ ਨਾ ਜਾਓ।